ਫਗਵਾੜਾ ਤੋਂ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਚੱਲਦੀ ਵੰਦੇ ਭਾਰਤ ਐਕਸਪ੍ਰੈਸ ਤੇ ਪੱਥਰਬਾਜ਼ੀ ਕੀਤੀ ਗਈ ਹੈ। ਦੱਸ ਦਈਏ ਕਿ ਇਹ ਜੋ ਵੰਦੇ ਭਾਰਤ ਟ੍ਰੇਨ ਸੀਗੀ, ਇਹ ਜੋ ਹੈ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ, ਤੇ ਇਸੇ ਰਸਤੇ ਦੇ ਵਿੱਚ ਕਾਰ ਫਗਵਾੜਾ ਦੇ ਕੋਲ ਜੋ ਹੈ ਟ੍ਰੇਨ ਤੇ ਚੱਲਦੀ ਟ੍ਰੇਨ ਤੇ ਪੱਥਰਬਾਜ਼ੀ ਕੀਤੀ ਗਈ ਹੈ, ਪਥਰਾਵ ਦੀ ਘਟਨਾ ਸਾਹਮਣੇ ਆਈ ਹੈ। ਫਗਵਾੜਾ ਤੋਂ ਜੋ ਹੈ ਖਬਰ ਨਿਕਲ ਕੇ, ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਇਸ ਘਟਨਾ ਦੀ ਜੋ ਵੀਡੀਓ ਵੀ ਹੈ ਉਹ ਕੈਦ ਹੋ ਗਈ ਹੈ, ਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਚੱਲਦੀ ਟ੍ਰੇਨ ਦੇ ਵਿੱਚ ਕਿਸੇ ਨੇ ਪੱਥਰ ਮਾਰਿਆ, ਜਿਸ ਤੋਂ ਬਾਅਦ ਜੋ ਹੈ ਸ਼ੀਸ਼ਾ ਹੈ ਉਹ ਟੁੱਟ ਕੇ ਚਕਨਾ ਚੂਰ ਹੋ ਗਿਆ, ਤੇ ਇਹ ਜੋ ਪਥਰਾਵ ਹੈ ਇੱਕ ਵਾਰ ਨਹੀਂ ਕੀਤਾ ਗਿਆ। ਇਸ ਦੀ ਵੀਡੀਓ ਜੋ ਹੈ ਦੋ ਵਾਰ ਪਥਰਾਵ ਕਰਨ ਦੀ ਖਬਰ ਜੋ ਹੈ ਉਹ ਸਾਹਮਣੇ ਆਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਯਾਤਰੀ ਇਸ ਘਟਨਾ ਤੋਂ ਬਾਅਦ ਸਹਿਮ ਗਏ ਨੇ, ਹਫੜਾ ਦਫੜੀ ਮੱਚ ਗਈ ਯਾਤਰੀਆਂ ਦੇ ਵਿੱਚ, ਘਬਰਾ ਗਏ ਨੇ, ਕਿਉਂਕਿ ਜੋ ਹੈ ਪਥਰਾਵ ਹੋਇਆ ਉਸ ਤੋਂ ਬਾਅਦ ਜੋ ਅੰਦਰ ਯਾਤਰੀ ਬੈਠੇ ਸੀਗੇ ਉਹਨਾਂ ਨੂੰ ਘਬਰਾਹਟ ਹੋ ਗਈ। ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਯਾਤਰੀ ਸਾਰੇ ਸੁਰੱਖਿਅਤ ਨੇ, ਲੇਕਿਨ ਇਹ ਘਟਨਾ ਸੁਰੱਖਿਆ 'ਤੇ ਬਹੁਤ ਵੱਡੇ ਸਵਾਲ ਚੁੱਕਦੀ ਹੈ, ਕਿਉਂਕਿ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਯਾਤਰੀਆਂ 'ਤੇ ਅਚਾਨਕ ਪਥਰਾਵ ਹੋ ਜਾਂਦਾ ਹੈ। ਹਾਲਾਂਕਿ ਗਨੀਮਤ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹ ਬਹੁਤ ਵੱਡੀ ਘਟਨਾ ਹੈ ਜੋ ਫਗਵਾੜਾ ਦੇ ਵਿੱਚ ਵਾਪਰੀ ਹੈ। ਚੱਲਦੀ ਵੰਦੇ ਭਾਰਤ ਟ੍ਰੇਨ 'ਤੇ ਜੋ ਹੈ ਪਥਰਾਵ ਕੀਤਾ ਗਿਆ, ਇਸ ਤੋਂ ਬਾਅਦ ਜੋ ਹੈ ਯਾਤਰੀਆਂ ਦੇ ਵੱਲੋਂ ਆਵਾਜ਼ ਚੁੱਕੀ ਗਈ, ਅਤੇ ਇਸ ਤੋਂ ਬਾਅਦ ਜੋ ਹੈ ਮੌਕੇ 'ਤੇ ਜੋ ਹੈ ਰੇਲਵੇ ਅਧਿਕਾਰੀ ਪਹੁੰਚੇ, ਉਹਨਾਂ ਵੱਲੋਂ ਕਿਹਾ ਗਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਲੇਕਿਨ ਉਹਨਾਂ ਵੱਲੋਂ ਕੋਈ ਵੀ ਬਿਆਨ ਦੇਣ ਤੋਂ ਫਿਲਹਾਲ ਇਨਕਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜੋ ਜਾਂਚ ਹੈ ਸ਼ੁਰੂ ਕੀਤੀ ਜਾਏਗੀ ਅਤੇ ਪਤਾ ਲਗਾਇਆ ਜਾਏਗਾ, ਕਾਰਨਾਂ ਦਾ ਜੋ ਹੈ ਪਤਾ ਲਗਾਇਆ ਜਾਏਗਾ। ਯਾਤਰੀਆਂ ਦੇ ਵਿੱਚ ਜੋ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ, ਕਿਉਂਕਿ ਅਚਾਨਕ ਜੋ ਹੈ ਟ੍ਰੇਨ 'ਤੇ ਪਥਰਾਵ ਹੋਣਾ ਸ਼ੁਰੂ ਹੋ ਗਿਆ, ਪੱਥਰਬਾਜ਼ੀ ਸ਼ੁਰੂ ਹੋ ਗਈ, ਅਤੇ ਯਾਤਰੀਆਂ ਵੱਲੋਂ ਆਸੇ ਪਾਸੇ ਦੇ ਯਾਤਰੀਆਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਯਾਤਰੀ ਨੇ ਦੇਖਿਆ ਸੀ ਕਿ 10 ਤੋਂ 12 ਸਾਲ ਦਾ ਜੋ ਬੱਚਾ ਹੈ ਉਸ ਵੱਲੋਂ ਪਥਰਾਵ ਕੀਤਾ ਗਿਆ। ਯਾਤਰੀ ਨੇ ਆਪਣੀ ਖਿੜਕੀ ਤੋਂ ਦੇਖਿਆ ਸੀ ਜੋ ਛੋਟਾ ਬੱਚਾ 10 ਤੋਂ 12 ਸਾਲ ਦੇ ਬੱਚੇ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਕ ਯਾਤਰੀ ਦਾ ਕਹਿਣਾ ਹੈ ਜੋ ਇਹ ਕਿ ਬੱਚੇ ਵੱਲੋਂ ਜੋ ਹੈ ਪਥਰਾਵ ਕੀਤਾ ਗਿਆ। ਤਾਂ ਦੱਸ ਦਈਏ ਕਿ ਘਟਨਾ ਜੋ ਹੈ ਫਗਵਾੜਾ ਦੀ ਹੈ। ਦਿੱਲੀ ਤੋਂ ਅੰਮ੍ਰਿਤਸਰ ਵੰਦੇ ਭਾਰਤ ਟ੍ਰੇਨ ਜਾ ਰਹੀ ਸੀ, ਜਿਸ ਤੋਂ ਬਾਅਦ ਫਗਵਾੜਾ ਵਿਚਕਾਰ ਜੋ ਹੈ ਟ੍ਰੇਨ 'ਤੇ ਅਚਾਨਕ ਚੱਲਦੀ ਟ੍ਰੇਨ 'ਤੇ ਅਚਾਨਕ ਜੋ ਹੈ ਪੱਥਰਬਾਜ਼ੀ ਹੋਣੀ ਸ਼ੁਰੂ ਹੋ ਗਈ। ਘਟਨਾ ਤੋਂ ਬਾਅਦ ਜੋ ਹੈ ਯਾਤਰੀ ਡਰ ਗਏ, ਸਾਰੇ ਸਹਿਮ ਦਾ ਮਾਹੌਲ ਬਣ ਗਿਆ, ਹਫੜਾ ਦਫੜੀ ਮੱਚ ਗਈ, ਅਤੇ ਮੌਕੇ ਦੀਆਂ ਜੋ ਤਸਵੀਰਾਂ ਨੇ ਉਹ ਵੀ ਸਾਹਮਣੇ ਆਈਆਂ ਨੇ। ਹਾਲਾਂਕਿ ਕਿਹਾ ਜਾ ਰਿਹਾ ਜੋ ਪੁਲਿਸ ਜੋ ਕਿ ਰੇਲਵੇ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਫਿਲਹਾਲ ਇਸ ਘਟਨਾ 'ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਕਾਰਨਾਂ ਦਾ ਨਹੀਂ ਪਤਾ ਲੱਗਿਆ ਕਿਸ ਵੱਲੋਂ ਪੱਥਰਬਾਜ਼ੀ ਕੀਤੀ ਗਈ ਹੈ। ਇਸ ਘਟਨਾ ਦਾ ਹਲੇ ਤੱਕ ਕੋਈ ਵੀ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਇਹ ਬਹੁਤ ਵੱਡਾ ਜੋ ਹੈ ਮਾਮਲਾ ਹੈ, ਕਿਉਂਕਿ ਚੱਲਦੀ ਟ੍ਰੇਨ ਦੇ ਉੱਤੇ ਜੋ ਹੈ ਫਗਵਾੜਾ ਦੇ ਵਿੱਚ ਜੋ ਹੈ ਪਥਰਾਵ ਕੀਤਾ ਗਿਆ। ਫਗਵਾੜਾ ਤੋਂ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਚੱਲਦੀ ਵੰਦੇ ਭਾਰਤ ਐਕਸਪ੍ਰੈਸ ਤੇ ਪੱਥਰਬਾਜ਼ੀ ਕੀਤੀ ਗਈ ਹੈ। ਦੱਸ ਦਈਏ ਕਿ ਇਹ ਜੋ ਵੰਦੇ ਭਾਰਤ ਟ੍ਰੇਨ ਸੀਗੀ, ਇਹ ਜੋ ਹੈ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ, ਅਤੇ ਇਸੇ ਰਸਤੇ ਦੇ ਵਿੱਚ ਕਾਰ ਫਗਵਾੜਾ ਦੇ ਕੋਲ ਜੋ ਹੈ ਟ੍ਰੇਨ ਤੇ ਚੱਲਦੀ ਟ੍ਰੇਨ ਤੇ ਪੱਥਰਬਾਜ਼ੀ ਕੀਤੀ ਗਈ ਹੈ, ਪਥਰਾਵ ਦੀ ਘਟਨਾ ਸਾਹਮਣੇ ਆਈ ਹੈ। ਫਗਵਾੜਾ ਤੋਂ ਜੋ ਹੈ ਖਬਰ ਨਿਕਲ ਕੇ, ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਇਸ ਘਟਨਾ ਦੀ ਜੋ ਵੀਡੀਓ ਵੀ ਹੈ ਉਹ ਕੈਦ ਹੋ ਗਈ ਹੈ, ਅਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਚੱਲਦੀ ਟ੍ਰੇਨ ਦੇ ਵਿੱਚ ਕਿਸੇ ਨੇ ਪੱਥਰ ਮਾਰਿਆ, ਜਿਸ ਤੋਂ ਬਾਅਦ ਜੋ ਹੈ ਸ਼ੀਸ਼ਾ ਹੈ ਉਹ ਟੁੱਟ ਕੇ ਚਕਨਾ ਚੂਰ ਹੋ ਗਿਆ, ਅਤੇ ਇਹ ਜੋ ਪਥਰਾਵ ਹੈ ਇੱਕ ਵਾਰ ਨਹੀਂ ਕੀਤਾ ਗਿਆ। ਇਸ ਦੀ ਵੀਡੀਓ ਜੋ ਹੈ ਦੋ ਵਾਰ ਪਥਰਾਵ ਕਰਨ ਦੀ ਖਬਰ ਜੋ ਹੈ ਉਹ ਸਾਹਮਣੇ ਆਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਯਾਤਰੀ ਇਸ ਘਟਨਾ ਤੋਂ ਬਾਅਦ ਸਹਿਮ ਗਏ ਨੇ, ਹਫੜਾ ਦਫੜੀ ਮੱਚ ਗਈ, ਯਾਤਰੀਆਂ ਦੇ ਵਿੱਚ ਘਬਰਾ ਗਏ ਨੇ, ਕਿਉਂਕਿ ਜੋ ਹੈ ਪਥਰਾਵ ਹੋਇਆ ਉਸ ਤੋਂ ਬਾਅਦ ਜੋ ਅੰਦਰ ਯਾਤਰੀ ਬੈਠੇ ਸੀਗੇ ਉਹਨਾਂ ਨੂੰ ਘਬਰਾਹਟ ਹੋ ਗਈ। ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਯਾਤਰੀ ਸਾਰੇ ਸੁਰੱਖਿਅਤ ਨੇ, ਲੇਕਿਨ ਇਹ ਘਟਨਾ ਸੁਰੱਖਿਆ 'ਤੇ ਬਹੁਤ ਵੱਡੇ ਸਵਾਲ ਚੁੱਕਦੀ ਹੈ, ਕਿਉਂਕਿ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਯਾਤਰੀਆਂ 'ਤੇ ਅਚਾਨਕ ਪਥਰਾਵ ਹੋ ਜਾਂਦਾ ਹੈ।
ਹਾਲਾਂਕਿ ਗਨੀਮਤ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹ ਬਹੁਤ ਵੱਡੀ ਘਟਨਾ ਹੈ ਜੋ ਫਗਵਾੜਾ ਦੇ ਵਿੱਚ ਵਾਪਰੀ ਹੈ। ਚੱਲਦੀ ਵੰਦੇ ਭਾਰਤ ਟ੍ਰੇਨ 'ਤੇ ਜੋ ਹੈ ਪਥਰਾਵ ਕੀਤਾ ਗਿਆ, ਇਸ ਤੋਂ ਬਾਅਦ ਜੋ ਹੈ ਯਾਤਰੀਆਂ ਦੇ ਵੱਲੋਂ ਆਵਾਜ਼ ਚੁੱਕੀ ਗਈ ਅਤੇ ਇਸ ਤੋਂ ਬਾਅਦ ਜੋ ਹੈ ਮੌਕੇ 'ਤੇ ਜੋ ਹੈ ਰੇਲਵੇ ਅਧਿਕਾਰੀ ਪਹੁੰਚੇ, ਉਹਨਾਂ ਵੱਲੋਂ ਕਿਹਾ ਗਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਲੇਕਿਨ ਉਹਨਾਂ ਵੱਲੋਂ ਕੋਈ ਵੀ ਬਿਆਨ ਦੇਣ ਤੋਂ ਫਿਲਹਾਲ ਇਨਕਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜੋ ਜਾਂਚ ਹੈ ਸ਼ੁਰੂ ਕੀਤੀ ਜਾਏਗੀ ਅਤੇ ਪਤਾ ਲਗਾਇਆ ਜਾਏਗਾ, ਕਾਰਨਾਂ ਦਾ ਜੋ ਹੈ ਪਤਾ ਲਗਾਇਆ ਜਾਏਗਾ। ਯਾਤਰੀਆਂ ਦੇ ਵਿੱਚ ਜੋ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ, ਕਿਉਂਕਿ ਅਚਾਨਕ ਜੋ ਹੈ ਟ੍ਰੇਨ 'ਤੇ ਪਥਰਾਵ ਹੋਣਾ ਸ਼ੁਰੂ ਹੋ ਗਿਆ, ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਯਾਤਰੀਆਂ ਵੱਲੋਂ ਆਸੇ ਪਾਸੇ ਦੇ ਯਾਤਰੀਆਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਯਾਤਰੀ ਨੇ ਦੇਖਿਆ ਸੀ ਕਿ 10 ਤੋਂ 12 ਸਾਲ ਦਾ ਜੋ ਬੱਚਾ ਹੈ ਉਸ ਵੱਲੋਂ ਪਥਰਾਵ ਕੀਤਾ ਗਿਆ। ਯਾਤਰੀ ਨੇ ਆਪਣੀ ਖਿੜਕੀ ਤੋਂ ਦੇਖਿਆ ਸੀ ਜੋ ਛੋਟਾ ਬੱਚਾ 10 ਤੋਂ 12 ਸਾਲ ਦੇ ਬੱਚੇ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਕ ਯਾਤਰੀ ਦਾ ਕਹਿਣਾ ਹੈ ਜੋ ਇਹ ਕਿ ਬੱਚੇ ਵੱਲੋਂ ਜੋ ਹੈ ਪਥਰਾਵ ਕੀਤਾ ਗਿਆ। ਤਾਂ ਦੱਸ ਦਈਏ ਕਿ ਘਟਨਾ ਜੋ ਹੈ ਫਗਵਾੜਾ ਦੀ ਹੈ। ਦਿੱਲੀ ਤੋਂ ਅੰਮ੍ਰਿਤਸਰ ਵੰਦੇ ਭਾਰਤ ਟ੍ਰੇਨ ਜਾ ਰਹੀ ਸੀ, ਜਿਸ ਤੋਂ ਬਾਅਦ ਫਗਵਾੜਾ ਵਿਚਕਾਰ ਜੋ ਹੈ ਟ੍ਰੇਨ 'ਤੇ ਅਚਾਨਕ ਚੱਲਦੀ ਟ੍ਰੇਨ 'ਤੇ ਅਚਾਨਕ ਜੋ ਹੈ ਪੱਥਰਬਾਜ਼ੀ ਹੋਣੀ ਸ਼ੁਰੂ ਹੋ ਗਈ। ਘਟਨਾ ਤੋਂ ਬਾਅਦ ਜੋ ਹੈ ਯਾਤਰੀ ਡਰ ਗਏ ਸਾਰੇ, ਸਹਿਮ ਦਾ ਮਾਹੌਲ ਬਣ ਗਿਆ, ਹਫੜਾ ਦਫੜੀ ਮੱਚ ਗਈ ਅਤੇ ਮੌਕੇ ਦੀਆਂ ਜੋ ਤਸਵੀਰਾਂ ਨੇ ਉਹ ਵੀ ਸਾਹਮਣੇ ਆਈਆਂ ਨੇ। ਹਾਲਾਂਕਿ ਕਿਹਾ ਜਾ ਰਿਹਾ ਜੋ ਪੁਲਿਸ ਜੋ ਕਿ ਰੇਲਵੇ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਫਿਲਹਾਲ ਇਸ ਘਟਨਾ 'ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਕਾਰਨਾਂ ਦਾ ਨਹੀਂ ਪਤਾ ਲੱਗਿਆ ਕਿਸ ਵੱਲੋਂ ਪੱਥਰਬਾਜ਼ੀ ਕੀਤੀ ਗਈ ਹੈ। ਇਸ ਘਟਨਾ ਦਾ ਹਲੇ ਤੱਕ ਕੋਈ ਵੀ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਇਹ ਬਹੁਤ ਵੱਡਾ ਜੋ ਹੈ ਮਾਮਲਾ ਹੈ, ਕਿਉਂਕਿ ਚੱਲਦੀ ਟ੍ਰੇਨ ਦੇ ਉੱਤੇ ਜੋ ਹੈ ਫਗਵਾੜਾ ਦੇ ਵਿੱਚ ਜੋ ਹੈ ਪਥਰਾਵ ਕੀਤਾ ਗਿਆ।